तू दीदी है फ्रूट रोटी तू की खाना वहाँ भाई है ले जा तू भाई दीदी ले जा झाड़ घट निकलिया तो आलू भी पहले निकल गए फिर सारा प्यार भरी सत श्री अकाल कर दे वीडियो की शुरुआत फिर चले से खाड़े नू तो ट्रालियाँ इतने ले आए थे झोना ला के मंडी च रात तो चलद फिर खाड़े में उत्थे धुप निकल ही है वैसे तो बदलबाई हैगी खतरा बनया हो बारिश का पर चांस घट लगते पर जिन्ना टाइम पूरा क्लीयर नहीं हों तो उन्ना टाइम फिर धड़कू जहा रही मन में तो चलो चलद फिर करते हैं पैड़ी तैयार खाड़े चल के अज हो सकता शाम तक कोशिश आ भी 5 किले जड़े अपने मोटर से वह तैयार कर देंगे तो नाल जाना सहज साहब होना ने तो अज इन्हों छुट्टी सी तो पूरे तैयारी चाहे भी तो नाल परनीत गुरनीत तो ट्राली कढ के पाने मशीन फिर तो मंडी च रोटी फड़ा के जानी है निकू दी तो रात मेसी ते सीगे दो जने तो मेसी ते निकू सीगा तो निकू हैगा मंडी च हुण तो शाम नू आऊगा मेसी तो चलदे आ फिर तो गोला आ गया सीगा ट्राली लै आना आपदी तो वेली हो गई सी इन्हां दी तो आ भी ट्राली कढ के बॉबी वाली तो मशीन पा लैनी कणक वाली तो चक्कर की होंगे बहाने ना उत्थे लियाने होंगे संद तो नहीं फिर स्पेशल आना पैंदा गेड़ा ट्रैक्टर का लगता वा तो इधरों ट्रैक्टर खाली जाने सीगे तो बॉबी ने बीजे सीगे कल तो वो फिर मशीन ले आया सीगा तो ट्राली अपने कोले सी उहदी तो ट्राली हुण छड्ड चले आ तो मशीन लै गया हिंदर तो दूजे छोटे ट्रैक्टर मगर ले जानी आपां कणक वाली मशीन तो आई फिर उतों हौली हौली इधर नूं आई जाना समान अद्ध पजादा जिहड़ा शैड थले लाउणा हुंदा तो करदे आं कम स्टार्ट फिर मैं तैयारी आ हीरो बनया फिर टोपी टापी ला के है ठीक है वधिया बढ़िया गया थोड़ा जहा रह गया थोड़ा जहा इन्ना का
ਇਹ ਆ ਗਈ ਜਗਰਾਉਂ ਦੀ ਦਾਣਾ ਮੰਡੀ। ਦਾਣਾ ਮੰਡੀ ਦੇ ਵਿੱਚ ਐਂਟਰ ਹੋ ਗਏ ਹਾਂ ਅਤੇ ਵਿੱਚ ਇਹਦੇ ਪਹਿਲਾਂ ਆਉਂਦੀ ਆ ਵਨ ਸਾਰੀ ਮੰਡੀ ਦੇ ਸਬਜ਼ੀ ਮੰਡੀ। ਦੇਖ ਸਕਦੇ ਹਾਂ ਪੂਰਾ ਭੀੜ ਭੜੱਕਾ ਵਾ। 9:30 ਦਾ ਟਾਈਮ ਹੋ ਗਿਆ ਵਾ ਸੁਬਾਹ ਦਾ ਅਤੇ ਮੰਡੀ ਸੁਬਾਹ ਸੁਬਾਹ ਖਤਮ ਹੋ ਜਾਂਦੀ ਹੁੰਦੀ ਆ, ਪਰ ਫਿਰ ਵੀ ਵਿੱਚ ਫੜੀਆਂ ਜੀ ਵਾਲੇ ਵੱਡੇ ਦਿਨ ਤੱਕ ਸਬਜ਼ੀ ਵੇਚਦੇ ਆ। ਜਿਹੜੀ ਮੇਨ ਮੰਡੀ ਆ ਉਹ ਸੁਬਾਹ ਸੁਬਾਹ 7 ਵਜੇ ਖਤਮ ਹੋ ਜਾਂਦੀ ਹੈ ਤਕਰੀਬਨ। ਅਤੇ ਦੇਖ ਸਕਦੇ ਹਾਂ ਪੂਰਾ ਇੱਥੇ ਭੀੜ ਭੜੱਕਾ, ਜਾਮ ਲੱਗ ਜਾਂਦਾ ਵਾ ਸੁਬਾਹ ਜੇ ਦੋ ਘੰਟਾ ਕੁ ਪਹਿਲਾਂ ਆਉਂਦੇ ਨਾ, ਅਤੇ ਟਰੱਕ ਬਹੁਤ ਆਉਂਦੇ ਆ ਮੰਡੀ 'ਚੋਂ ਲੋਡ ਹੋ ਕੇ ਬੋਰੀਆਂ ਤਾਂ, ਅਤੇ ਉਹਦੇ ਨਾਲ ਫਿਰ ਜਾਮ ਲੱਗ ਜਾਂਦਾ ਰਾਤ 'ਤੇ। ਆ ਗਏ ਸੀ ਅਖਾੜੇ ਅਤੇ ਮਿੱਟੀ ਘੱਟਾ ਦੇਖਿਆ ਤੁਸੀਂ ਸ਼ਹਿਰ 'ਚ ਕਿੰਨਾ ਵਾ, ਮੂੰਹ ਸਹਿਰਾ ਭਰ ਜਾਂਦਾ। 10-15 ਕਿੱਲਿਆਂ 'ਤੇ ਸੁਹਾਗਾ ਮਾਰ ਲਈਏ ਅਤੇ ਜਿਹੋ ਜਿਹਾ ਜਗਰਾਉਂ ਵਿੱਚ ਦੀ ਲੰਘੇ ਆਈਏ ਮੋਟਰਸਾਈਕਲ ਟਰੈਕਟਰ 'ਤੇ,
ਤੇ ਇੱਕੋ ਜਿਹੀ ਆ ਮੇਰੇ ਹਿਸਾਬ ਨਾਲ ਹਜੇ 15 ਤੋਂ 20 ਕਿੱਲਿਆਂ ਦੇ ਵੀ ਜੇ ਆਪਾਂ ਸੁਹਾਗਾ ਮਾਰ ਦਈਏ ਜਾਂ ਬਾਹੀ ਕਰ ਦਈਏ ਉਨੀ ਮਿੱਟੀ ਨਹੀਂ ਉੜਦੀ ਜਿੰਨੀ ਜਗਰਾਉਂ 'ਚ ਆ ਅਤੇ ਚਲੋ ਕੋਈ ਚੱਕਰ ਨਹੀਂ ਗਾ ਜਿਹੜੇ ਮੂੰਹ ਸਾਰਾ ਭਰ ਜਾਂਦਾ ਸਾਰਾ ਅਤੇ ਆ ਗਏ ਸੀ ਅਖਾੜੇ ਅਤੇ ਹਿੰਦਰ ਫਿਰ ਹੀ ਜਾਂਦਾ ਸੀ ਸਿੰਗਲ ਹਲ ਅਤੇ ਇਸ ਤੋਂ ਬਾਅਦ ਹੁਣ ਹਲਾਂ ਨਾਲ ਵਾਹਵਾਂਗੇ ਅਤੇ ਮਗਰ ਸੁਹਾਗਾ ਅਤੇ ਧੁੱਪ ਵੈਸੇ ਨਿਕਲ ਹੀ ਆ ਉਮੀਦ ਜੀ ਤਾਂ ਘੱਟ ਸੀਗੀ ਕੱਲ੍ਹ ਵੀ ਧੁੱਪ ਨਿਕਲੂਗੀ ਪਰ ਨਿਕਲਿਆ ਹੀ ਆ ਅਤੇ ਹਵਾ ਲੱਗ ਗਈ ਆ ਪੈਲੀ ਨੂੰ ਮੂੰਹ ਜਿਹਾ ਸੁੱਕੀ ਜਾਂਦਾ ਨਾਲ ਦੀ ਨਾਲ ਅਤੇ ਹਲਾਂ ਨਾਲ ਇਹਨੂੰ ਵਾਹਵਾਂਗੇ ਅਤੇ ਮਗਰ ਹੀ ਸੁਹਾਗਾ ਮਾਰਾਂਗੇ ਬੋਰੀਆਂ ਰੱਖ ਕੇ ਅਤੇ ਉਦੋਂ ਬਾਅਦ ਹਲਾਂ ਨਾਲ ਵਾਹ ਕੇ ਘੇਰਾਂ ਅਤੇ ਰੂਟਾ ਬੇਟਰ ਨਾਲ ਵਾਹ ਕੇ ਕਰ ਦੇਣੀ ਤਿਆਰ ਅੱਜ ਅਤੇ ਕੱਲ੍ਹ ਨੂੰ ਕਰਾਂਗੇ ਬਿਜਾਈ ਅਤੇ ਦੂਜੇ ਖੇਤ ਕਾਇਮ ਵਾਲੇ ਆਪਣੇ ਉਹਨੂੰ ਬਾਅਦ 'ਚ ਕਰਦੇ ਹਾਂ ਤਿਆਰ ਉਹਨੂੰ ਧੁੱਪ ਜ਼ਿਆਦਾ ਚਾਹੀਦੀ ਥੋੜ੍ਹੀ ਜੀ ਕਾਫੀ ਜੇ ਲਿਆ ਜੀ ਨਹੀਂ ਨਹੀਂ ਤੂੰ ਫੋਨ ਲਾਈ ਜਾਂਦਾ ਸੀ ਮੈਨੂੰ ਲੇਟ ਹੋ ਗਿਆ ਤੇ ਇੱਕ ਟਰੈਕਟਰ ਦਾ ਕੰਮ ਪੂਰਾ ਵਾ ਹਜੇ ਫੇਰ ਲੇਟ ਹੋ ਗਿਆ ਹੈਗਾ ਉਹ ਕਿੱਲਾ ਉਹਨਾਂ ਦਾ ਇਹ ਨੂੰ ਲੇਟ ਹੋ ਗਿਆ ਕਿਹਦਾ ਕਿੱਲਾ ਰਹਿ ਗਿਆ ਕਾਰਨ ਨਾ ਆਇਆ ਸੀਗਾ ਦੁਨੇ ਜਾਣ ਚ ਕੋਈ ਨਹੀਂ ਸੀ ਕੱਲ ਮੈਨੂੰ ਕਹ ਨਾਲੇ ਮੈਂ ਕਿਹਾ ਉਹਨੂੰ ਚੰਗੀ ਤਰ੍ਹਾਂ ਮੈਂ ਕਿਹਾ ਜੇ ਕਿੱਲਾ ਰਹਿ ਗਿਆ ਤਾਂ ਕੱਲ ਨੂੰ ਵੀ ਨਹੀਂ ਨਹੀਂ ਸ਼ਾਮ ਨੂੰ ਵਿਹਲੀ ਕਰ ਦੇਣੀ ਆ ਹਾਂ ਤਾਂ ਜਦੋਂ ਮੈਂ ਫੋਨ ਲਾਇਆ ਹਾਂ ਤਾਂ ਸਰਦਾਰ ਜੀ ਹੋਣੇ ਆਇਆ ਅੱਧਾ ਘੰਟਾ ਪਹਿਲੇ ਨਹੀਂ ਨਹੀਂ ਤੂੰ ਮੈਨੂੰ ਕਹਿੰਦਾ ਮੈਂ ਤਾਂ ਕਹਿੰਦੀ ਕਹਿੰਦਾ ਵੀ ਇਹ ਕਹਿੰਦਾ ਤੂੰ ਆਇਆ ਨਹੀਂ ਮੈਂ ਕਿਹਾ ਮੈਂ ਮੈਨੂੰ ਪਤਾ ਵੀ ਹਲ ਫੇਰ ਕੇ ਇਹਨੇ ਹਲ ਭਾਲਣੇ ਆ ਉਹ ਤੋਂ ਬਾਅਦ ਉਹ ਟਰੈਕਟਰ ਨੇ ਸੁਹਾਗਾ ਮਾਰਨਾ ਮੈਨੂੰ ਪਤਾ ਕੰਮ ਜਿਹੜਾ ਕਿਵੇਂ ਕਰਨਾ ਸਰਦਾਰ ਕਾ ਲੱਗਿਆ ਨਹੀਂ ਸੀ ਫੋਨ ਨਹੀਂ ਮੈਨੂੰ ਨਹੀਂ ਪਤਾ ਵੀ ਤੂੰ ਆਇਆ ਨਹੀਂ ਇਹ ਕਹਿੰਦਾ ਮੈਂ ਕਿਹਾ ਮੈਂ ਆ ਜਾਣਾ ਵਾ ਤੈਨੂੰ ਪੈਲੀ ਤਿਆਰ ਅੱਜ ਮਿਲ ਜੂਗਾ ਕੰਮ ਖਤਮ ਆ ਬੋਵੀ ਕਹਿੰਦਾ ਖੇਤੋਂ ਤੌਰ ਲੱਗਿਆ ਫਿਰ ਮੈਂ ਕਿਹਾ ਚੱਲ ਖੜ ਜਾਂਦੇ ਆ ਨਹੀਂ ਮੈਂ ਉਹਨੂੰ ਕੱਲ ਸ਼ਾਮ ਨੂੰ ਤਾਂ ਪੁੱਛਿਆ ਵਿੱਚ ਵੀ ਚੱਲ ਥੋੜੇ ਖੰਡਾਉਣਾ ਸੀ ਨਹੀਂ ਨਹੀਂ ਸ਼ਾਮ ਨੂੰ ਤਾਂ ਉਹਨੂੰ ਮੈਂ ਕਿਹਾ ਕੱਲ ਆਹੋ ਮੈਂ ਤਾਂ ਮਤਲਬ ਇਹ ਨਾ ਕਰਿਓ ਬਾਅਦ 'ਚ ਹਿੰਦਰ ਸਿੰਗਲ ਹਲ ਕੱਢ ਕੇ ਮਗਰ ਫੇਰੂਗਾ ਸੁਹਾਗਾ ਆਪਣੇ ਵਾਲੇ ਮਗਰ ਇਹਦੇ ਮਗਰ ਪਾਉਂਦੇ ਆ ਹਾਲ ਹੁਣ ਛੋਟੇ ਟਰੈਕਟਰ ਮਗਰ ਧੁੱਪ ਤਾਂ ਨਿਕਲਿਆ ਹੀ ਫਿਰ ਅੱਜ ਨਾ ਮੈਨੂੰ ਤਾਂ ਲੱਗਦਾ ਸੀ ਹਨੇਰਾ ਜਿਹਾ ਆਈ ਆ ਵੀ ਚੱਲ ਕੇਰਾਂ ਦਾ ਹੋਵੇ ਨਾ ਸੁਹਾਗਾ ਮਾਰਤਾ ਉਹ ਤਾਂ ਫਿਰ ਨਵਾਂ ਕੰਮ ਹੋ ਗਿਆ ਨਾ ਜਿਹੜਾ ਪੁਰਾਣਾ ਉਹਦਾ ਹੋਵੇ ਨਾ ਜਿਹੜਾ ਤਰੀਕ ਦੇ ਹਿਸਾਬ ਨਾਲ ਨਹੀਂ ਲੋਕਾਂ ਤੋਂ ਤੂੰ ਮੂਹਰੇ ਆ ਤੂੰ ਮੰਨਦਾ ਨਹੀਂ ਤੂੰ ਮੂਹਰੇ ਆ ਲੋਕਾਂ ਤੋਂ ਮੈਸੀ ਕਹਿੰਦਾ ਲੋਕਾਂ ਦੇ ਨਾਲ ਹੀ ਆ ਤੇ ਕਾਲੀ ਪੂਰੀ ਕਰਦਾ ਇਹ ਜਾਣੀ ਵੀ ਰਾਤ ਨੂੰ ਆਲੂ ਬੀਜ ਤੋਂ ਭਰਾਂ ਦੀ ਅੱਜ ਹੈ ਨਾ ਦਿਲ ਤਾਂ ਸਰਦਾਰ ਜੀ ਸੱਚੀ ਮੰਨ ਮੇਰੇ ਕਰਦਾ ਅੱਜ ਟੀਮ ਨੇ ਬੀਜਿਆ ਇੱਥੇ ਪਹਿਲੇ ਡਾਲ ਨਹੀਂ ਲਾਇਆ ਹੈ ਭਾਈ ਲਾਇਆ ਵੀ ਪੂਛਾ ਤੂੰ ਤੋ ਰਲ ਨੂੰ ਅੱਜ ਹੀ ਫਿਰਦਾ ਤੇ 10 ਕੁਇੰਟਲ ਦਾ ਝਾੜ ਦਾ ਫਰਕ ਪਾ ਕੇ ਮੈਸੀ ਰਲ ਨੂੰ ਨਾਲ ਹੀ ਫਿਰਦਾ ਕੁਛ ਨਾ ਕੁਛ ਦਾ ਫਰਕ ਪੈਣਾ ਹੀ ਹੈ ਜੇ ਝਾੜ ਘੱਟ ਨਿਕਲਿਆ ਤਾਂ ਆਲੂ ਵੀ ਪਹਿਲਾਂ ਨਿਕਲਣਗੇ ਫਿਰ ਉਹ ਹਲਾਂ ਨਾ ਵਾਹ ਕੇ ਦੇਖਦੇ ਹਾਂ ਕੇਰਾਂ ਪੈੜੀ ਕਿਉਂਕਿ ਸੁਹਾਗਾ ਮਾਰਿਆ ਸੀ ਚਾਰ ਬੋਰੀਆਂ ਰੱਖ ਕੇ ਪਾਲੀ ਨੇ ਅਤੇ ਪੈਲੀ ਥੋੜ੍ਹੀ ਜਿਹੀ ਗਿੱਲੀ ਸੀਗੀ ਵੀ ਜੇ ਤਾਂ ਜੰਮੀ ਜੀ ਹੋਈ ਪੈਲੀ ਅਤੇ ਫਿਰ ਹਲਾਂ ਨਾਲ ਰਹਿਣ ਦਾਂਗੇ ਗੇੜਾ ਲਾ ਕੇ ਦੇਖਦੇ ਹਾਂ ਮਾੜਾ ਜਿਹਾ ਵੀ ਜੇ ਟਰੈਕਟਰ ਸੌਖਾ ਉਤਰਿਆ ਅਤੇ ਹਲਾਂ ਨਾਲ ਵਾਹ ਦਾਂਗੇ ਨਹੀਂ ਤਾਂ ਫਿਰ ਤਵੀਆਂ ਨਾਲ ਕੇਰਾਂ ਵਾਹ ਕੇ ਰੂਟਾਵੇਟਰ ਨਾਲ ਵਾਹ ਕੇ ਬਸ ਛੱਡ ਦੇਣੀ ਆ ਪੈਲੀ ਅਤੇ ਕੁਛ ਨਹੀਂ ਕਰਨਾ ਇਹਨੂੰ ਫਿਰ ਆਲੂ ਬਿਜਾਈ ਕਰਾਂਗੇ ਅਤੇ ਟਰੈਕਟਰ ਲੋਡ ਲੈਂਦਾ ਵਾ ਥੋੜ੍ਹਾ ਜਿਹਾ ਅਤੇ ਜਿਵੇਂ ਪੈਲੀ ਸੈੱਟ ਹੋ ਜਾਂਦੀ ਹੈ ਨਾ ਗਿੱਲੀ ਸੁਹਾਗੇ ਨਾਲ ਅਤੇ ਨਾ ਹੋ ਤਾਂ ਫਿਰ ਇਹਨੂੰ ਤਵੀਆਂ ਨਾਲ ਵਾਹ ਦਿੰਦੇ ਹਾਂ ਤਵੀਆਂ ਸੌਖੀਆਂ ਵਾ
अज की वीडियो करते हैं बंद फिर। अज की वीडियो कि लगी लाइक कमेंट शेयर जरूर करना, चैनल सबसक्राइब नहीं किया चैनल को सबसक्राइब तो बैल आइकन वाला बटन दबना नहीं भुलना ताकि सानू होर भी नवी नवी वीडियो मिलदियां रहन। ओके, धन्यवाद सारे का, मिलते हैं नवी वीडियो लेके।